तहसील च परेशान होए लोग अपनी रिश्तियां फीड हुई भी एंटर हुई भी सारा कुछ होया पिया उत्थे अज जो फोटो कराने लगे फोटो कराने टाइम ते तहसीलदार ने साइड रख दी अपनी रिश्ती कहिंदे मैं फोटो नहीं करना चाहुंदा कहा रजिस्ट्री लई तारीख मिलन दे बावजूद भी नहीं कीती जा रही रजिस्ट्री बाकी इन्हां दी 17 दी रजिस्ट्री होईयां भी 16 दी रजिस्ट्री होईयां भी जे ही मान लो आज नोटिफिकेशन जारी होया वे इन्हां रजिस्ट्री कितना फीड करती है 16 तरीक दी रजिस्ट्री करन दे बदले रिश्वत मंगण दे भी लगाए दोष अंदर ही इन्हां के इन्हां दे बंदे है रखे हुए इन्हां दे ओही डिमांड करदे हैगे तहसीलदार सीधा तो मंगूगा नहीं ये सारे दे अगे मान लो जिन्ने भी अगे रखे है बंदे लुधियाना दे पूर्वी तहसील च रजिस्ट्री करवाउण आए लोग खज्जल खुआर हो रहे ने रजिस्ट्री करवाउण लई आए लोकां दा कहना है कि तरीक मिलण दे बावजूद भी रजिस्ट्रियां नहीं कीतियां जा रहियां बल्कि उहनां नूं तंग परेशान कीता जा रहा है अते इसे दौरान लोकां वल्लों रजिस्ट्री दे बदले रिश्वत मंगण दे दोष भी लगाए गए गलबात करदिआं लोकां ने की कुछ कहा आओ सुणदे हां ਮੇਰਾ ਰਵੀ ਕੁਮਾਰ ਨਾਮ ਹੈ ਹਾਂਜੀ ਕੀ ਦਿੱਕਤ ਆ ਰਹੀ ਹੈ ਤੇ ਦਿੱਕਤ ਇਹ ਹੈ ਬ੍ਰਦਰ ਆਪਣਾ ਰਜਿਸਟਰੀ ਸੀਗੀ ਆਪਣੀ ਅੱਜ ਦੀ ਸ਼ੁੱਕਰਵਾਰ ਦੀ ਰਜਿਸਟਰੀ ਸੀਗੀ ਤੇ ਉਸ ਦਿਨ ਕਿਸੇ ਕਾਰਨ ਤੋਂ ਨਹੀਂ ਆ ਸਕੇ ਤੇ ਅੱਜ ਆਪਾਂ ਰਜਿਸਟਰੀ ਕਰਨ ਵਾਸਤੇ ਆਏ ਹੈਗੇ ਆਂ ਆਪਣੀ ਰਜਿਸਟਰੀਆਂ ਫੀਡ ਹੋਈ ਵੀ ਐਂਟਰ ਹੋਈ ਵੀ ਸਾਰਾ ਕੁਝ ਹੋਇਆ ਪਿਆ ਉੱਥੇ ਅੱਜ ਜਦੋਂ ਫੋਟੋ ਕਰਾਉਣ ਲੱਗੇ ਆ ਫੋਟੋ ਕਰਾਉਣ ਦੇ ਟਾਈਮ ਤੇ ਤਹਿਸੀਲਦਾਰ ਨੇ ਸਾਈਡ ਰੱਖ ਦੀ ਆਪਣੀ ਰਜਿਸਟਰੀ ਕਹਿੰਦੇ ਫੋਟੋ ਨਹੀਂ ਕਰਨਾ ਚਾਹੁੰਦਾ ਕਿਹੜੀ ਨੋਟੀਫਿਕੇਸ਼ਨ ਜਾਰੀ ਹੋ ਗਿਆ 17 ਤਰੀਕ ਤੋਂ ਤੇ ਕਿਹੜੀ ਐਨਓਸੀ ਹੈਗੀ ਆਪਣਾ ਰੈਗੂਲਰ ਆਪਣੇ ਆਨਲਾਈਨ ਚੜੀ ਹੋਵੇ ਤਾਂ ਆਪਾਂ ਕਰਾਂਗੇ ਬਾਕੀ ਇਹਨਾਂ ਦੀ 17 ਦੀ ਰਜਿਸਟਰੀਆਂ ਹੋਈਆਂ ਪਈਆਂ 16 ਦੀ ਰਜਿਸਟਰੀਆਂ ਹੋਈਆਂ ਪਈਆਂ ਜੇ ਇਹੀ ਮੰਨ ਲਓ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਵਾ ਇਹਨਾਂ ਰਜਿਸਟਰੀ ਕਿਤਾ ਫੀਡ ਕਰਤੀਆਂ 16 ਤਰੀਕ ਦੀਆਂ 16 ਤਰੀਕ ਦੇ 17 ਦੀ ਰਜਿਸਟਰੀਆਂ ਫੀਡ ਹੋਈਆਂ ਪਈਆਂ ਤੁਹਾਨੂੰ ਮੈਂ ਡੇਟ ਦਿਖਾ ਸਕਦਾ ਮੈਂ ਇਹਦੇ 'ਚ 16 ਤਰੀਕ ਕੱਢਿਓ 17 ਤਰੀਕ ਦਾ ਕਹਿੰਦੇ ਅੱਜ ਨੋਟੀਫਿਕੇਸ਼ਨ ਦਿਖਾਉਂਦੇ ਪਏ ਆ ਕਿ ਨੋਟੀਫਿਕੇਸ਼ਨ ਆ ਗਿਆ ਵਾ ਨੋਟੀਫਿਕੇਸ਼ਨ ਕਦੋਂ ਜਾਰੀ ਆਇਆ ਕਹਿੰਦੇ ਨੋਟੀਫਿਕੇਸ਼ਨ ਕਹਿੰਦੇ 17 ਤਰੀਕ ਜਾਰੀ ਹੋਇਆ ਵਾ ਅੱਛਾ ਜੀ 16 ਤਰੀਕ ਦੀ ਆਪਣੀ ਰਜਿਸਟਰੀਆਂ ਫੀਡ ਹੋਈਆਂ ਪਈਆਂ 17 ਦੀਆਂ ਵੀ ਫੀਡ ਹੋਈਆਂ ਪਈਆਂ ਠੀਕ ਹੈ ਜੀ ਬਟ ਇਹ ਜਵਾਬ ਦੇ ਰਿਹਾ ਕਹਿੰਦੇ ਆਪਾਂ ਨਹੀਂ ਕਰ ਸਕਦੇ ਜੀ ਇਹਨਾਂ ਦੀਆਂ ਇਹਨਾਂ ਕੋਲ ਆਨਲਾਈਨ ਚੈੱਕ ਕਰਾਈਆਂ ਜਾਣ ਜਾਂ ਰਜਿਸਟਰੀ ਕਢਾਈਆਂ ਜਾਂ 16 ਦੀਆਂ 17 ਰਜਿਸਟਰੀ ਹੋਈਆਂ ਪਈਆਂ ਉਹਨਾਂ ਵਿੱਚ ਕਿਹੜੀ ਐਨਓਸੀ ਲੱਗੀ ਹੋਈ ਜਾਂਦੀ ਜਦਕਿ ਐਨਓਸੀ ਮਿਲਦੀ ਨਹੀਂ ਪਈ ਆਨਲਾਈਨ ਐਨਓਸੀ ਨਹੀਂ ਮਿਲਦੀ ਪਈ ਰਸੀਦਾਂ ਕੱਢ ਕੇ ਦੇ ਦਿੰਦੇ ਹੁੰਦੇ ਆ ਹੋਰ ਕੁਝ ਨਹੀਂ ਕਰਦੇ ਪਏ ਇਹ ਹੁਣ ਭਾਈ ਸਾਹਿਬ ਮੰਨ ਲਓ ਇਹਨਾਂ ਰਜਿਸਟਰੀ ਸੀ ਅੱਜ ਦੀ ਇਹ ਨੰਗਲ ਤੋਂ ਆਏ ਹੋਏ ਮੈਡਮ ਬੱਚੇ ਛੱਡ ਕੇ ਆਉਂਦੇ ਛੋਟੇ ਛੋਟੇ ਬੱਚੇ ਨਾਲ ਲੈ ਕੇ ਆਉਂਦੇ ਕੋਈ ਛੱਡ ਕੇ ਵੀ ਆਉਂਦੇ ਹੈਗੇ ਕਿੰਨੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਕਦੀ ਸਵੇਰੇ ਆਈਓ ਕਦੀ ਕੱਲ੍ਹ ਆਈਓ ਇਹੀ ਕਰਕੇ ਡਰਾਮਾ ਕਰਦੇ ਪਏ ਆ ਬਿਨਾਂ ਇਹਨਾਂ ਦੇ ਜੇ ਪੈਸੇ ਲੈ ਰਹੇ ਆ 25-30 ਹਜ਼ਾਰ ਰੁਪਏ ਲਈ ਜਾਂਦੇ ਫਿਰ ਰਜਿਸਟਰੀ ਕਰ ਦਿੰਦੇ ਹੈਗੇ ਆ ਜੇ ਕੋਈ ਬੰਦਾ ਜੈਨੂਇਨ ਫੀਸ ਦੇ ਰਿਹਾ ਹੋਇਆ ਤਾਂ ਆਪਣੀ ਰਜਿਸਟਰੀ ਨਾਲ ਜਵਾਬ ਦੇ ਦਿੰਦੇ ਆ ਤੁਹਾਡੇ ਕੋਲ ਡਿਮਾਂਡ ਕੀਤੀ ਗਈ ਜੀ ਡਿਮਾਂਡ ਕੀਤੀ ਬਿਲਕੁਲ ਜੀ ਇਹਨਾਂ ਨੇ ਕਿੰਨੇ ਡਿਮਾਂਡ ਕੀਤੀ 30 ਹਜ਼ਾਰ ਰੁਪਏ ਦੀ ਕਿੰਨੇ ਡਿਮਾਂਡ ਕੀਤੀ ਜੀ ਅੰਦਰ ਹੀ ਇਹਨਾਂ ਕਿ ਇਹਨਾਂ ਦੇ ਬੰਦੇ ਹੈਗੇ ਰੱਖੇ ਹੋਏ ਇਹਨਾਂ ਦੇ ਉਹੀ ਡਿਮਾਂਡ ਕਰਦੇ ਹੈਗੇ ਤਹਿਸੀਲਦਾਰ ਸਿੱਧਾ ਤਾਂ ਮੰਗੂਗਾ ਨਹੀਂ ਜਿਹੜੇ ਇਹਨਾਂ ਦੇ ਬੰਦੇ ਰੱਖੇ ਹੋਏ ਅੱਗੇ ਉਹਨਾਂ ਨੇ ਡਿਮਾਂਡ ਕਰਨੀ ਹੈਗੀ ਰਜਿਸਟਰੀ ਵਾਸਤੇ ਨਾਮ ਕੀ ਹੈ ਬੰਦੇ ਦਾ ਨਾਮ ਕਿਹੜਾ ਕਿਹੜਾ ਦੱਸਾਂ ਕਿੰਨਾ ਨਾਮ ਦੱਸਾਂ ਇਕੱਲੇ ਇਕੱਲੇ ਬੰਦੇ ਦਾ ਕੋਈ ਨਾਮ ਨਹੀਂ ਦੱਸ ਸਕਦਾ ਬਹੁਤ ਬੰਦੇ ਹੈਗੇ ਆ ਜਿੰਨੇ ਵੀ ਕੰਮ ਕਰ ਰਹੇ ਆ ਤਹਿਸੀਲ ਦੇ ਵਿੱਚ ਇਹ ਸਾਰਿਆਂ ਦੇ ਅੱਗੇ ਮੰਨ ਲਓ ਜਿੰਨੇ ਵੀ ਅੱਗੇ ਰੱਖੇ ਹੋਏ ਬੰਦੇ ਉਹਨਾਂ ਨੇ ਅੱਗੇ ਡਿਮਾਂਡ ਕਰਨੀ ਹੁੰਦੀ ਹੈ ਮੇਨ ਬੰਦੇ ਤਹਿਸੀਲਦਾਰ ਨੇ ਡਿਮਾਂਡ ਕਰਨੀ ਹੁੰਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਹੈਗੀ ਹੈ ਜਿਹੜੀ ਆਪਣੀ ਰਜਿਸਟਰੀਆਂ ਫੀਡ ਹੋਈਆਂ ਪਈਆਂ ਜਾਂ ਜੋ ਜੈਨੂਇਨ ਫੀਸ ਲੱਗਦੀ ਹੈਗੀ ਹੈ ਜੇ ਕਹਿੰਦੇ ਮੰਨ ਲਓ ਐਨਓਸੀ ਵਗੈਰਾ ਖਲਾਓ ਐਨਓਸੀ ਖੁੱਲੇਗੀ ਤਾਂ ਲੋਕੀ ਲੈਣ ਨੂੰ ਤਿਆਰ ਹੈਗੇ ਆ ਲੋਕੀ ਪੈਸੇ ਲਾਉਣ ਨੂੰ ਤਿਆਰ ਹੈਗੇ ਆ 30-30 ਹਜ਼ਾਰ ਰੁਪਏ ਇੱਥੇ ਦੇਣਾ ਜਾਂ 30-20 ਹਜ਼ਾਰ ਰੁਪਏ ਦੀ ਐਨਓਸੀ ਨਹੀਂ ਲੱਗਦੀ ਹੈਗੀ ਨਾ ਫਿਰ ਐਨਓਸੀ ਲੈਣਾ ਮੀਟਰ ਲੱਗਣਾ ਨਾ ਕੁਛ ਹੋਣਾ ਵਾ ਆਹ ਦੇਖੋ ਸਾਡੀ 16 ਤਰੀਕ ਦੀ ਰਜਿਸਟਰੀ ਇਹਨਾਂ ਦੀ ਫੀਡ ਹੋਈ ਪਈ ਹੈ 16 ਦੀ ਰਜਿਸਟਰੀ ਫੀਡ ਕਰਕੇ 17 ਨੂੰ ਕਹਿੰਦੇ ਨੋਟੀਫਿਕੇਸ਼ਨ ਆ ਗਿਆ ਆਪਾਂ ਰਜਿਸਟਰੀ ਨਹੀਂ ਕਰ ਸਕਦੇ ਜੀ ਕਹਿੰਦੇ ਤੁਸੀਂ 16 ਨੂੰ ਆ ਜਾਂਦੇ 17 ਨੂੰ ਆ ਜਾਂਦੇ ਤਾਂ ਆਪਾਂ ਰਜਿਸਟਰੀ ਕਰ ਸਕਦੇ ਸੀਗੇ ਹੁਣ ਸਾਨੂੰ ਇੱਥੇ ਦੱਸੋ ਅਸੀਂ ਕੀ ਕਰੀਏ 1-1 ਲੱਖ ਰੁਪਏ ਸਟਾਮ ਪੇਪਰ ਲੱਗੇ ਹੋਏ ਆ ਨੰਗਲ ਤੋਂ ਆਉਣਾ ਜਾਣਾ ਹੁੰਦਾ ਵਾ ਨਿੱਕੇ ਨਿੱਕੇ ਬੱਚੇ ਹੈਗੇ ਆ ਬਹੁਤ ਦਿੱਕਤ ਆ ਰਹੀ ਹੈਗੀ ਆ 1 ਮਾਰਚ ਅੱਗੋਂ ਆ ਗਈ ਹੈ ਸਟਾਮ ਪੇਪਰ ਸਾਰੇ ਕੈਂਸਲ ਹੋਏ ਨੇ ਉਹ ਲੱਖ ਰੁਪਏ ਜਿਹੜਾ ਖਤਮ ਹੋ ਗਿਆ ਜਾਂ ਆਉਣ ਜਾਣ ਦਾ ਖਰਚਾ ਪੈ ਗਿਆ ਬੱਚੇ ਖਰਾਬ ਹੋ ਰਹੇ ਆ ਉਹਦਾ ਕੌਣ ਜਵਾਬ ਦੇਗਾ ਸਾਡੀ ਸਰਕਾਰ ਤੋਂ ਇਹੀ ਮੰਗ ਹੈਗੀ ਆ ਜਿਹੜੀਆਂ ਰਜਿਸਟਰੀਆਂ ਫੀਡ ਹੋਈਆਂ ਪਈਆਂ ਜਾਂ ਪਹਿਲਾਂ ਕੁਝ ਵੀ ਕੀਤਾ ਹੈ ਸਾਡੀਆਂ ਰਜਿਸਟਰੀਆਂ ਪਾਸ ਕੀਤੀਆਂ ਜਾਣ ਤੇ ਜੋ ਐਨਓਸੀ ਹੈਗੀਆਂ ਜੇ ਐਨਓਸੀ ਜਾਂਦੇ ਹੈਗੇ ਤੇ ਐਨਓਸੀ ਆਪਣੇ ਖੋਲਤੀਆਂ ਜਾਣ ਜੇ ਐਨਓਸੀ ਖੋਲ ਕੇ ਆਪਣੀ ਰਜਿਸਟਰੀ ਹੁੰਦੀ ਤਾਂ ਆਸ਼ਾ ਸੋਨੀ ਕਿਹੜੀ ਕਿਤੋਂ ਆਈ ਸੀ ਨੰਗਲ ਤੋਂ ਕੀ ਦਿੱਕਤ ਆ ਰਹੀ ਸੀ ਦਿੱਕਤ ਇਹ ਆ ਰਹੀ 16 ਤਰੀਕ ਦੀ ਡੇਟ ਪਾਈ ਹੋ ਰਜਿਸਟਰੀ ਉਹ ਕਰਦੇ ਨਹੀਂ ਪਏ ਅਸੀਂ ਪਰੇਸ਼ਾਨ ਹੁੰਦੇ ਵੇ ਬੱਚਿਆਂ ਨੂੰ ਲੈ ਕੇ ਵਾਰ-ਵਾਰ ਵੀ ਇੱਕ ਵਾਰੀ ਪਹਿਲਾਂ ਆਏ ਤਾਂ ਇਹਨਾਂ ਦੀ ਰਜਿਸਟਰੀ ਕੈਨਸਲ ਹੋ ਗਈ ਅੱਜ ਫੇਰ ਵੀ ਮਨਾ ਕਰਦੇ ਵੇ ਛੋਟੇ-ਛੋਟੇ ਬੱਚੇ ਅਸੀਂ ਬਹੁਤ ਪਰੇਸ਼ਾਨੀ ਵਿੱਚ ਹੈ ਵੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਵੇ ਵਾਰ-ਵਾਰ ਨਹੀਂ ਆਇਆ ਜਾਂਦਾ ਅੱਜ ਸਾਡੀ ਕੀਤੀ ਜਾਵੇ ਰਜਿਸਟਰੀ ਕੰਮ ਸਾਡਾ ਪੂਰਾ ਕੀਤਾ ਜਾਵੇ ਬਹੁਤ ਪਰੇਸ਼ਾਨ ਹੈ ਸੀ ਇਹ ਨੋਟੀਫਿਕੇਸ਼ਨ ਵੀ ਜਾਰੀ ਆਇਆ ਤੇ ਫਿਰ ਤੁਹਾਡਾ ਕੀ ਆਣਾ ਹਾਂਜੀ ਜਿਵੇਂ ਤਹਿਸੀਲਦਾਰ ਸਾਹਿਬ ਜਾਂ ਕੋਈ ਅਧਿਕਾਰੀ ਕਹਿ ਰਹੇ ਨੇ ਨੋਟੀਫਿਕੇਸ਼ਨ ਜਾਰੀ ਆ 17 ਤਰੀਕ ਹਾਂਜੀ 16 ਤੋਂ 16 ਨੂੰ ਹਾਂਜੀ 17 ਤੋਂ 17 ਤੋਂ ਹਾਂਜੀ ਹਾਂਜੀ ਅਤੇ ਫਿਰ ਤੁਹਾਡਾ ਕੀ ਕਹਿਣਾ ਮੈਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਗੇ ਕਹਿਣਾ ਬਸ ਇਹੀ ਸਾਡਾ ਕੰਮ ਪੂਰਾ ਕੀਤਾ ਜਾਵੇ ਕਿਉਂ ਇਸ ਤਰ੍ਹਾਂ ਪਰੇਸ਼ਾਨ ਕਰਦੇ ਵੇ ਬੱਚੇ ਵਾਲੇ ਬੰਦੇ ਨੂੰ ਐਡੀ ਦੂਰ ਤੋਂ ਜਾਂ ਤਾਂ ਟਾਈਮ ਪਰ ਕੰਮ ਕਰੇ ਨਾ ਇਹ ਡਿਮਾਂਡ ਵੀ ਕੀਤੀ ਸੀ ਤੁਹਾਡੇ ਵੱਲੋਂ ਜਿਵੇਂ ਕਹਿੰਦੇ ਨੇ 30 ਹਜ਼ਾਰ ਦੀ ਮੰਗ ਕਰਦੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਇਹਨਾਂ ਨਾਲ ਨੂੰ ਪਤਾ
ना मेरे को कोई नहीं, इन्हों पता भाई साहब ना मेरे कोई नहीं, मैंने तो पता भी नहीं इनी गल का। दैवन मीडिया ले लुधियाना तो दिव्यांशु भंडारी की खास रिपोर्ट।